पूरे वर्ल्ड दे विच मन्ने होए पंजाबी दे कॉमेडियन एक्टर ते सिंगर के दीप जी का 78वां जन्मदिन लुधियाना दे बसंत रिसोर्ट दे विच बहुत ही धूमधाम दे नाल मनाया गया, जिस विच वख-वख संस्थावां दे आगुआं ने वड्डी गिनती दे विच शिरकत कीती ते देर रात तक गीत संगीत दी ते शायरी दी महफिल चलती रही। ਸਨ ਸਿੱਧੇ ਨਾਲ ਸਿਰ ਜੋੜ ਕੇ ਢੋਲੀ ਗਾਉਂਦੀਆਂ ਸਨ, ਮੂੰਹ ਵਿੱਚ ਚੁੰਨੀਆਂ ਲੈ ਲੈ ਕੇ ਸ਼ਰਮਾਉਂਦੀਆਂ ਸਨ, ਨੱਕ ਵਿੱਚ ਕੋਕਾ ਕੰਨੀ ਵਾਲੇ ਹੁੰਦੇ ਸੀ, ਸਿੱਧੇ ਸੂਹੇ ਨਾਲ ਦੁਸ਼ਾਲੇ ਹੁੰਦੇ ਸੀ, ਸਿੰਘ ਤਵੀਤੇ ਗਲ ਗਲਵਕੜੀ ਹੁੰਦੇ ਸਨ, ਸਿੱਧੇ ਸੱਗੀ ਫੁੱਲ ਕਚਹਿਰੀ ਲਾਉਂਦੇ ਸਨ, ਸੱਚੀਆਂ ਸੁੱਚੀਆਂ ਇੱਜ਼ਤਦਾਰ ਸਮਾਜਾਂ ਸਨ, ਗੱਭਰੂਆਂ ਦੀਆਂ ਅੱਖਾਂ ਵਿੱਚ ਲਿਹਾਜ਼ਾਂ ਸਨ, ਚੜ੍ਹਦੇ ਸੌਣ ਨੂੰ ਪਿੜੀ ਤੀਆਂ ਹੁੰਦੀਆਂ ਸਨ, ਪਿੰਡੀਆਂ ਕੁੜੀਆਂ ਸਬਜ਼ੀਆਂ ਤੀਆਂ ਹੁੰਦੀਆਂ ਸਨ, ਘਰ ਦੀ ਛੋਟੀ ਜਿਹੀ ਕਹਾਣੀ ਹੁੰਦੀ ਸੀ, ਵੱਡੀ ਬੇਬੇ ਕਰਦੀ ਰਾਣੀ ਹੁੰਦੀ ਸੀ। ਨਾਨੇਰੇ ਦਾ ਖੌਫ ਸੀ ਨਾ ਡਰ ਤੁਪਦਾ ਸੀ, ਸੂਰਜ ਆਪਣੇ ਸਮੇਂ ਤੇ ਚੜ੍ਹਦਾ ਚੁੱਕਦਾ ਸੀ, ਸੂਰਜ ਆਪਣੇ ਸਮੇਂ ਤੇ ਚੜ੍ਹਦਾ ਚੁੱਕਦਾ ਸੀ। ਵਧਾਈ ਦੇਣਾ, ਲੱਖ ਲੱਖ ਵਧਾਈ, ਕਰੋੜ ਕਰੋੜ ਕੋਟ ਕੋਟ ਇਹਨਾਂ ਨੂੰ ਵਧਾਈ ਦਿੰਦਾ ਹਾਂ। ਅਤੇ ਇਹਨਾਂ ਦੇ ਗੀਤ ਅਤੇ ਇਹਨਾਂ ਦਾ ਕਮੇਡੀ ਸੁਣਦੇ ਸੁਣਦੇ ਅਸੀਂ ਬੜੇ ਹੋਏ ਹਾਂ। ਔਰ ਮੈਨੂੰ ਯਾਦ ਹੈ ਕਿ ਮੈਂ 3-4 ਸਾਲ ਦਾ ਹੋਇਆ ਕਰਦਾ ਸੀ ਕਿ ਮੇਰੇ ਪਾਲ ਸਾਹਿਬ ਮੈਨੂੰ ਫਰੀਦਕੋਟ ਇਹਨਾਂ ਦਾ ਪ੍ਰੋਗਰਾਮ ਹੋ ਰਿਹਾ ਸੀ ਤਾਂ ਜਿਵੇਂ ਇਹ ਥੋੜ੍ਹਾ ਕਮੇਡੀ ਕਰਦੇ ਨੇ ਉਵੇਂ ਮੇਰੇ ਨਾਲ ਕਮੇਡੀ ਇਹਨਾਂ ਦੇ ਫੰਕਸ਼ਨ 'ਚ ਹੋ ਗਈ। ਉਹ ਹੋਈ ਇੱਦਾਂ ਕਿ ਮੇਰੇ ਨਿੱਕਰ ਪਾਈ ਹੋਈ ਸੀ, 3-4 ਸਾਲ ਦਾ ਬੱਚਾ ਹੁੰਦਾ ਵੀ ਕੀ ਹੈ, ਤਾਂ ਉਹ ਫਾਦਰ ਸਾਹਿਬ ਮੇਰੇ ਐਕਸਾਈਜੈਂਟ ਐਕਸਟੈਂਸ਼ਨ ਇੰਸਪੈਕਟਰ ਸੀ, ਉਹ ਥੋੜ੍ਹੇ ਸਟੇਜ ਦੇ ਕੋਲ ਜਾ ਕੇ ਇਹਨਾਂ ਨੇ ਮੈਨੂੰ ਖੜਾਤਾ। ਉਹਨਾਂ ਨੇ ਦੇਖਿਆ ਨਹੀਂ ਕਿ ਥੱਲੇ ਕੀੜਿਆਂ ਦਾ ਭੌਣ ਲੱਗਿਆ ਹੋਇਆ ਸੀ ਅਤੇ ਉਹ ਕੀੜਿਆਂ ਨੇ ਮੈਂ ਕਿੱਥੇ ਦੱਸਾਂ ਕਿ ਮੈਂ ਕਿੱਥੇ ਕਿੱਥੇ ਮੇਰੇ ਗੰਦੀਆਂ ਵੱਢੀਆਂ, ਉਹ ਇਹਨਾਂ ਦੀਆਂ ਚੀਕਾਂ 'ਚ ਮੇਰੀਆਂ ਚੀਕਾਂ ਰੁਲ ਗਈਆਂ ਅਤੇ ਮੇਰੇ ਨਾਲ ਆਪ ਬੀਤੀ ਜਿਹੜੀ ਹੈ ਮੈਂ ਅੱਜ ਤੁਹਾਡੇ ਸਾਹਮਣੇ ਉਹ ਦੱਸ ਰਿਹਾ। ਅਤੇ ਦੂਸਰਾ ਰਫੀ ਸਾਹਿਬ ਮੇਰੇ ਸਾਡੇ ਗੁਰੂ ਹੈ, ਇਹਨਾਂ ਨੇ ਮੇਰੇ ਇੱਕ ਤੇਰੇ ਨਿਕਲਾ ਮੈਨੂੰ ਪਟਿਆ, ਦੱਸ ਮੈਂ ਕਿ ਪਿਆਰ ਵਿੱਚੋਂ ਫਟਿਆ, ਤੇਰੇ ਨਿਕਲਾ ਮੈਨੂੰ ਮੇਰੇ
कॉमेडी इज माय सब्जेक्ट यू नो केजी टोन एज ए किंग ऑफ कॉमेडी एंड मेलोडी सो मैं एक गीत सुनाया सी इस गीत सुन के तेरे लिए भरावा मैंने पूछे ਮਾੜੇ ਦੀ ਤੇ ਅੱਖ ਹੁੰਦੀ ਸਭ ਦੀ ਆ
आर्टिस्ट मिसेस तहीर और एक अद्धी आइटम वो देंगे और उसके बाद मैं मिस्टर डॉलर नु कहूँगा कि जे ज़्यादा कहूँगा तो रुपया हो थले आ जाना। तो नेक्स्ट एंजॉय मिस्टर मैं नाम भूल गया थोड़ा राजन शर्मा चाना साहब प्लीज गिव हिम बिग हैंड द बिग नर्सेस और बड़े अच्छे इन्होंने सारे खुशी का दिन है पंजाब वास्ते लुधियाना वास्ते कि साढ़े बहुत ही हरमन प्यारे तो पंजाबी गायकी दे बाबा बूढ़ के दीप जी जिन्हों का जन्मदिन है जन्म दिहाड़ा है तो सारे असी रल मिल के अज उन्हों का जन्मदिन जो है मना जा रहे
ਅਤੇ ਬਹੁਤ ਖੁਸ਼ੀ ਦੀ ਗੱਲ ਹੈ ਪਰਮਾਤਮਾ ਉਹਨਾਂ ਨੂੰ ਹੋਰ ਲੰਬੀ ਉਮਰ ਦੇ ਵਿੱਚ ਚੜ੍ਹਦੀ ਕਲਾ 'ਚ ਰੱਖੇ ਤਾਂ ਕਿ ਜੋ ਪੰਜਾਬ ਦਾ ਸੱਭਿਆਚਾਰ ਵਿਰਸਾ ਪੰਜਾਬੀ ਗਾਇਕੀ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਅਤੇ ਵਰਲਡਵਾਈਡ ਉਹਨੂੰ ਫੇਮਸ ਕੀਤਾ ਉਹ ਇਸੇ ਤਰ੍ਹਾਂ ਜਾਰੀ ਰੱਖੇ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਲੰਬੀ ਸਿਹਤ ਕਰੇ ਇਹੀ ਦੁਆ ਮੰਗਦੇ ਹਾਂ। ਹੈਲੋ ਜੀ ਸਤਿ ਸ਼੍ਰੀ ਅਕਾਲ, ਅੱਜ ਕੇਦੀਪ ਜੀ ਇੰਟਰਨੈਸ਼ਨਲ ਪੰਜਾਬੀ ਸਿੰਗਰ ਸਾਡੇ ਵਿੱਚ ਨੇ, ਅੱਜ ਉਹਨਾਂ ਦਾ ਸ਼ੁਭ ਜਨਮ ਦਿਨ ਹੈ ਅਤੇ ਵੋਇਸ ਆਫ ਏਸ਼ੀਆ ਵੱਲੋਂ ਅਸੀਂ ਸਾਰੇ ਮੈਂਬਰਸ ਇੱਥੇ ਇਕੱਠੇ ਹੋਏ ਹਾਂ ਉਹਨਾਂ ਨੂੰ ਸਵਾਗਤ ਉਹਨਾਂ ਨੂੰ ਮੁਬਾਰਕਾਂ ਦੇਣ ਲਈ। ਔਰ ਇਹ ਮੌਕਾ ਮੈਨੂੰ ਭਾਅ ਜੀ ਸੁਖਮਿੰਦਰ ਜੀ ਨੇ ਦਿੱਤਾ ਹੈ ਕਿ ਮੈਂ ਕੁਛ ਦੋ ਲਫ਼ਜ਼ ਉਹਨਾਂ ਲਈ ਕਹਾਂ। ਬਹੁਤ ਬਹੁਤ ਥੈਂਕ ਯੂ ਸੋ ਮਚ। ਐਸਟ੍ਰੋਲੋਜਰ ਸੁਖਮਿੰਦਰ ਸਿੰਘ ਅਤੇ ਵੋਇਸ ਆਫ ਏਸ਼ੀਅਨਸ ਦੀ ਪੂਰੀ ਟੀਮ ਦੇ ਵੱਲੋਂ ਅਸੀਂ ਇੰਟਰਨੈਸ਼ਨਲ ਪੰਜਾਬੀ ਸਿੰਗਰ ਕੋਮੇਡੀਅਨ ਐਕਟਰ ਅਤੇ ਸਟਾਰ ਕੇਦੀਪ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ। ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਵੇ, ਚੰਗੀ ਸਿਹਤ ਦੇਵੇ ਅਤੇ ਇੱਦਾਂ ਹੀ ਸਾਰੀ ਦੁਨੀਆ ਦੇ ਵਿੱਚੋਂ ਰੌਣਕਾਂ, ਹਾਸੇ ਅਤੇ ਮੁਸਕਰਾਹਟਾਂ ਵੰਡਦੇ ਰਹਿਣ। ਸਾਡੇ ਲਈ ਬੜੇ ਮਾਣ ਅਤੇ ਫਖਰ ਦੀ ਗੱਲ ਹੈ ਕਿ ਅੱਜ ਪੰਜਾਬੀ ਗਾਇਕੀ ਦੇ ਕੁਤਬ ਮੀਨਾਰ ਕੇਦੀਪ ਉਹਨਾਂ ਦਾ ਜਨਮ ਦਿਨ ਜਿਹੜੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਅਤੇ ਸਾਰੇ ਮੇਰੇ ਖਿਆਲ ਕਲਾਕਾਰਾਂ ਵੱਲੋਂ ਉਹਨਾਂ ਨੂੰ ਇਸ ਜਨਮ ਦਿਨ 'ਤੇ ਮੁਬਾਰਕਬਾਦ। ਮੈਂ ਡਾਕਟਰ ਮੁਹੰਮਦ ਰਫੀ। ਵਾਇਸ ਵਾਲਿਆਂ ਨੂੰ, ਦਰਸ਼ਕਾਂ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਂਡ ਦਿਸ ਇਜ਼ ਅ ਵੈਰੀ ਪ੍ਰਾਊਡ ਡੇ ਫੋਰ ਆਲ ਆਫ ਅਸ ਕਿ ਅੱਜ ਮੇਰੇ ਡੈਡ ਸ਼੍ਰੀਮਾਨ ਕੇਦੀਪ ਜੀ ਦਾ ਬਰਥਡੇ ਹੈ। ਐਂਡ ਵੀ ਆਰ ਸੋ ਪ੍ਰਾਊਡ, ਮੀ ਐਂਡ ਮਾਈ ਸਿਸਟਰ ਬਿੱਲੀ, ਦੈਟ ਵੀ ਹੈਵ ਅ ਸੱਚ ਅ ਗ੍ਰੇਟ ਪੇਰੈਂਟਸ, ਡੈਡ ਐਜ਼ ਅ ਕੇਦੀਪ, ਮਾਈ ਮੋਮ ਜਗਮੋਹਨ ਕੌਰ। ਇੱਦਾਂ ਦੇ ਓਕੇਜ਼ਨ 'ਤੇ ਅਸੀਂ ਹਰ ਵਕਤ ਮਿਸ ਕਰਦੇ ਹਾਂ। ਡੈਡ ਕਿਤੇ ਵੀ ਹੁੰਦੇ ਆ ਉਹਨਾਂ ਦਾ, ਮੇਰੇ ਮਦਰ ਦਾ ਜ਼ਿਕਰ ਕਰਨਾ ਕਦੇ ਨਹੀਂ ਭੁੱਲਦੇ ਵੀ ਜਗਮੋਹਨ ਜਗਮੋਹਨ ਹੀ ਸੀ। ਸੋ ਦਿਸ ਇਜ਼ ਅ ਵੈਰੀ ਪ੍ਰਾਊਡ ਡੇ ਫੋਰ ਆਲ ਆਫ ਅਸ, ਮਿਸਿੰਗ ਮਾਈ ਸਿਸਟਰ ਬਿੱਲੀ ਓਵਰ ਹੇਅਰ। ਦਿਸ ਇਜ਼ ਅ ਫੈਮਿਲੀ ਗੈਟ ਟੂਗੈਦਰ, ਜਿੰਨੇ ਇੱਥੇ ਬਿਰਾਜਮਾਨ ਨੇ ਅੱਜ ਦੀ ਘੜੀ, ਸਾਰੇ ਉਹ ਨੇ ਜਿਹੜੇ ਸਾਡੀ ਫੈਮਿਲੀ ਦੇ, ਸਾਡੇ ਦਿਲ ਦੇ ਬਹੁਤ ਕਲੋਜ਼ ਨੇ। ਸੋ ਵਿਦ ਆਲ ਰਿਗਾਰਡਸ ਐਂਡ ਬੈਸਟ ਵਿਸ਼ਿਸ ਟੂ ਡੈਡ ਵਾਂਸ ਅਗੇਨ, ਤੁਹਾਡੇ ਸਾਰਿਆਂ ਵੱਲੋਂ ਵੀ ਮੈਂ ਕਹਿ ਦਿੰਦਾ ਮੈਨੀ ਮੈਨੀ ਹੈਪੀ ਰਿਟਰਨਸ ਆਫ ਦ ਡੇ। ਥੈਂਕ ਯੂ ਸੋ ਮਚ। ਨਮਸਕਾਰ, ਮੈਂ ਰਾਜਨ ਸ਼ਰਮਾ। ਅੱਜ ਸਾਡੇ ਬਹੁਤ ਹੀ ਮਸ਼ਹੂਰ ਗਾਇਕ ਸ਼੍ਰੀ ਕੇਦੀਪ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਬਹੁਤ ਧੂਮਧਾਮ ਦੇ ਨਾਲ। ਮੈਂ ਉਹਨਾਂ ਨੂੰ ਆਪਣੇ ਵੱਲੋਂ, ਸ਼੍ਰੀ ਲਾਲ ਬਹਾਦਰ ਸ਼ਾਸਤਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ, ਵੋਇਸ ਆਫ ਏਸ਼ੀਅਨਸ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਬਹੁਤ ਅੱਛੀ ਬਣੀ ਰਹੇ ਔਰ ਜਿਹੜਾ ਇਹਨਾਂ ਨੇ ਸੰਗੀਤ ਦੀ ਦੁਨੀਆ 'ਚ ਨਾਮ ਕਮਾਇਆ ਹੈ ਉਹਨਾਂ ਦਾ ਹੋਰ ਵੀ ਨਾਮ ਰੌਸ਼ਨ ਹੋਵੇ। ਧੰਨਵਾਦ, ਬੈਸਟ ਆਫ ਲੱਕ, ਵਿਸ਼ ਯੂ ਹੈਪੀ ਬਰਥਡੇ। ਅਸੀਂ ਸਮਨ ਐਲਸ ਹੂ ਕੈਨ ਟੈਲ ਅਬਾਊਟ ਮੀ, ਮੈਨੂੰ ਇੰਨਾ ਪਤਾ ਹੈ ਕਿ ਬਿਗ ਪੀਪਲਸ ਆਲਵੇਜ਼ ਬੋਰਨ ਇਨ ਦਸੰਬਰ। ਨੋ, ਆਰ ਯੂ ਬੋਰਨ? ਅੱਛਾ, ਦਿਲੀਪ ਕੁਮਾਰ ਦਸੰਬਰ, ਧਰਮਿੰਦਰ ਦਸੰਬਰ, ਲੋਟ ਆਫ ਅਦਰ ਯੂ ਨੋ ਬਿਗ ਪਰਸਨੈਲਿਟੀਜ਼। ਸੋ ਬੜੀ ਖੁਸ਼ੀ ਹੋਈ ਹੈ। ਇਸ ਮੌਕੇ 'ਤੇ ਖਾਸ ਤੌਰ 'ਤੇ ਜੋਤਿਸ਼ ਸਮਰਾਟ ਸੁਖਮਿੰਦਰ ਸਿੰਘ, ਐਕਸਟੀਰੀਅਰ ਸੋਲਿਊਸ਼ਨਸ ਤੋਂ ਬੱਬੂ ਟੱਕਰ, ਪੰਜਾਬ ਕੇਸਰੀ ਦੇ ਪ੍ਰੈਸ ਰਿਪੋਰਟਰ ਰਾਜਨ ਸ਼ਰਮਾ, ਫਿਲਮ ਸਿਟੀ ਮਲੇਰਕੋਟਲਾ ਤੋਂ ਡਾਕਟਰ ਮੁਹੰਮਦ ਰਫੀ, ਇੰਡੀਅਨ ਆਈਡਲ ਅਕੈਡਮੀ ਤੋਂ ਰਵੀਨੰਦਨ ਸ਼ਰਮਾ, ਨਿਊਜ਼ ਐਕਸਪ੍ਰੈਸ ਤੋਂ ਰਾਕੇਸ਼ ਸ਼ਰਮਾ, ਡਾਕਟਰ ਦਾਖਾ, ਖੁਦ ਕੇਦੀਪ ਸਾਹਿਬ ਦੇ ਬੇਟੇ ਰਾਜਾ ਕੰਗ, ਮੈਡਮ ਮਿਸਿਸ ਧੀਰ, ਸਿੰਗਰ ਡੋਲਰਜੀਤ ਸਿੰਘ ਹੈਪੀ ਸਮੇਤ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਜਿਨ੍ਹਾਂ ਨੇ ਕੇਦੀਪ ਸਾਹਿਬ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ ਅਤੇ ਉਹਨਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੇ ਲਈ ਕਾਮਨਾ ਕੀਤੀ। ਲਵ ਸਿੱਧੂ, ਵੋਇਸ ਆਫ ਏਸ਼ੀਅਨਸ, ਲੁਧਿਆਣਾ।